सत श्री अकाल दोस्तों, जिवें असीं तुहानूं अपनियां पिछलियां रिपोर्टां विच दिखा चुके हाँ कि जिले हल्के विच लॉ एंड आर्डर की स्थिति बहुत ही माड़ी हो चुकी है। मौजूदा रिपोर्ट भी मल्लांवाला एरिया के पिंड फतेवाला की है, जिथों दे वसनीक महिंदर कौर अते तरसेम सिंह ने अपने ही पिंड दे मलकीत सिंह ते होरां दे उत्ते दोष लगाउंदिआं सानूं दस्सिआ कि उहनां दे बेटे चरणजीत सिंह उम्र 20 साल दा कतल कर दिता गया है। उन्होंने दस्सिआ कि चरणजीत सिंह की बॉडी उन्होंने पिंड दे लागे हुई जंगलात विभाग के एरिए मिली, जिस दी कि हस्पताल विच जाके दो दिन बाद मौत हो जाती है। मृतक की माँ ने दस्सिआ कि दोषियों वालों सानू लगातार धमकियां आ रही सन, जिस विच उन्हां वालों वीडियो बना के भी सोशल मीडिया उत्ते पा के भी सानू धमकियां दित्तियां जा रही सन। उन्होंने दस्सिआ कि मृतक अपने पिछे 4 महीने का एक छोटा बच्चा छड़ गया है। मृतक के परिवार ने दस्सिआ कि उन्हां वालों पुलिस नू सारी जानकारी घटना की जिहड़ी दे दित्ती गई सी, पर प्रशासन वालों कोई भी ठोस कार्रवाई हुण तक नहीं की गई। उधर जो असीं दूजी धिर नाल गलबात करन लई उन्हां दे घर पहुँचे तो उत्थे सानूं ताला लग्गिया होया मिलिया। इधर नाल ही मृतक के परिवार ने इंसाफ ना मिलन की सूरत विच मजदूर जथेबंदियों के नाल मिल के धरना लगाउण की गल भी आख दित्ती है। महिंदर कौर जी, ते जिहड़े लड़के डैथ होई है की लगदा सी तुहाडा जी? मेरा लड़का है जी। ਚਾਰ ਵਜੇ ਘਰੋਂ ਮੁੰਡਾ ਗਿਆ, ਉਦੋਂ ਬਾਅਦ ਉਹਨਾਂ ਪਤਾ ਨਹੀਂ ਕੀ ਕੀਤਾ ਤੇ ਕੀ ਨਹੀਂ ਕੀਤਾ। ਮੁੰਡਾ ਸਾਡਾ ਘਰੇ ਵਾਪਸ ਨਹੀਂ ਆਇਆ। ਅਸੀਂ ਹਾਂਜੀ ਆਖ ਮਿਲਿਆ ਦੇ ਚ ਜਗਲਾਤ ਚ ਖੱਡਿਆਂ ਚ। ਤੁਹਾਨੂੰ ਕਿਸੇ ਨੇ ਖਬਰ ਕੀਤੀ ਉੱਥੇ ਮੁੰਡਾ? ਹਾਂਜੀ, ਉਹਨਾਂ ਕਿਹਾ ਵੀ ਬੰਦਾ ਕੋਈ ਮਾਂ ਇੱਥੇ ਸੁੱਟਿਆ ਪਿਆ ਤੇ ਅਸੀਂ ਵੇਖ ਕੇ ਜਾ ਕੇ ਅਸੀਂ ਚੁੱਕਿਆ ਉਹਨੂੰ। ਅਸੀਂ ਹਸਪਤਾਲ ਵੀ ਲੈ ਕੇ ਗਏ ਹਾਂ ਜੀ, ਉੱਥੇ ਹਸਪਤਾਲ ਲੈ ਕੇ ਗਏ ਹਾਂ। ਹਸਪਤਾਲ ਵਾਲਿਆਂ ਨੇ ਵੇਖਿਆ ਕਿ ਵੀ ਮੁੰਡੇ ਦੀ ਹਾਲਤ ਬੜੀ ਮੰਦੀ ਸੀ। ਦੋ ਦਿਨ ਉਹਨੂੰ ਅਸੀਂ ਦਾਖਲ ਕੀਤੀ ਰੱਖਿਆ, ਤੀਜੇ ਦਿਨ ਜਾ ਕੇ ਮੁੱਕ ਜਾਂਦਾ ਹੈ। ਮਣਕਾ ਜਿਵੇਂ ਟੁੱਟਿਆ ਹੁੰਦਾ ਸੀ। ਨਹੀਂ ਜੀ, ਬੋਲਣ ਜੋਗਾ ਛੱਡਿਆ ਹੀ ਨਹੀਂ ਉਹਨਾਂ। ਹਾਂਜੀ, ਫਿਰ ਤੁਸੀਂ ਕੋਈ ਰਿਪੋਰਟ ਵਗੈਰਾ ਦਰਜ ਕਰਾਈ ਸੀ ਕੋਈ? ਅਸੀਂ ਜਦੋਂ ਲੈ ਕੇ ਗਏ ਸੀ, ਜਦੋਂ ਉੱਥੇ ਮੁਲਾਜ਼ਮ ਆਉਣ ਲੱਗਿਆ, ਉਦੋਂ ਸਾਡੇ ਰਿਪੋਰਟਾਂ ਵੀ ਅਸੀਂ ਇੱਥੇ ਵੀ ਲਿਖਾ ਕੇ ਗਏ ਹਾਂ ਵੀ ਉਹ ਕਹਿੰਦੇ ਸੀ ਤੁਹਾਨੂੰ ਕਹਿੰਦੇ ਤੇ ਸ਼ੱਕ, ਸਾਨੂੰ ਸ਼ੱਕ ਉਹਨਾਂ 'ਤੇ ਹੀ ਹੈ, ਹੋਰ ਸਾਨੂੰ ਕਿਸੇ 'ਤੇ ਨਹੀਂ ਸ਼ੱਕ ਸੀ। ਸ਼ੱਕ ਵਾ ਤੁਹਾਨੂੰ ਉਹਨਾਂ ਦੇ ਖਿਲਾਫ਼ ਰਿਪੋਰਟ ਲਿਖਾਈ ਸੀ ਤੁਸੀਂ ਥਾਣੇ ਦੇ ਵਿੱਚ? ਕੋਈ ਪਰਚਾ ਦਰਜ ਹੋਇਆ ਉਹਨਾਂ 'ਤੇ? ਕੋਈ ਪਰਚਾ ਦਰਜ ਹੋਇਆ ਉਹਨਾਂ 'ਤੇ? ਕੋਈ ਕਾ ਦਰਜ ਹੋਇਆ? 7 ਜਣੇ ਨੇ ਅਤੇ ਦੂਜੇ ਅਣਪਛਾਤੇ ਨੇ। ਅਸੀਂ ਬੇਨਤੀ ਇਹ ਕਰਦੇ ਆ ਵੀ ਸਾਨੂੰ ਇਨਸਾਫ਼ ਮਿਲਣਾ ਚਾਹੀਦਾ, ਨਹੀਂ ਤਾਂ ਸਾਨੂੰ ਧਰਨਾ ਲਾਉਣਾ ਪਿਆ ਤਾਂ ਅਸੀਂ ਧਰਨੇ ਵੀ ਲਾਵਾਂਗੇ। ਕਿੰਨੇ ਲੜਕੇ? ਕਿੰਨੇ ਤੁਹਾਡੇ ਜੀ? 3 ਲੜਕੇ ਆ। ਇਹ ਲੜਕਾ ਵਿਆਹ ਸੀ ਜੀ? ਹਾਂਜੀ, ਵਿਆਹ ਇਹਦਾ 7 ਮਹੀਨਿਆਂ ਦਾ ਲੜਕਾ ਹੈ। 7 ਮਹੀਨੇ ਦਾ ਬੱਚਾ? ਹਾਂਜੀ। ਅਨੂਪ ਸਿੰਘ ਹੈ ਤੇ ਇਸੇ ਪਿੰਡ ਦੇ ਰਹਿਣ ਵਾਲੇ ਸਰ? ਹਾਂਜੀ ਹਾਂਜੀ, ਗੁਆਂਢ ਆ ਇਹਨਾਂ ਦੇ। ਅੱਛਾ, ਤੇ ਜਿਹੜੀ ਗੱਲ ਕਹਿ ਰਹੇ ਆ ਇਹ ਮਾਤਾ ਜੀ ਹੁਣ ਸਾਰੇ ਕੀ ਸਹੀ ਆ ਗੱਲ ਦੀ? ਇਹ ਇਹਨਾਂ ਦੇ ਨਾ ਬਿਲਕੁਲ ਸਹੀ ਆ। ਜਦੋਂ ਪਹਿਲਾਂ ਇਹਨਾਂ ਦਾ ਹੋਇਆ ਹੈਗਾ ਝਗੜਾ ਤੇ ਉਹ ਜਦੋਂ ਇਹਨਾਂ ਦੇ ਮੁੰਡਿਆਂ ਨੂੰ ਉਧਰ ਉਧਰ ਵੀਡੀਓ ਤੇ ਵੀ ਜਾਣੀ ਧਮਕੀਆਂ ਦਿੰਦੇ ਸੀ ਵੀ ਅਸੀਂ ਇਸ ਤਰ੍ਹਾਂ ਕਰ ਦਾਂਗੇ, ਉਸ ਤਰ੍ਹਾਂ ਕਰ ਦਾਂਗੇ। ਕੁਛ ਚਿਰ ਪਹਿਲਾਂ ਤੇ ਆਵੇ ਆਹ ਮੁੰਡਾ ਬੈਠਾ, ਇਹਦੇ ਵੀ ਸੱਟਾਂ ਉਹਨਾਂ ਨੇ ਲਾਈਆਂ ਆਹ ਟੋਪੀ ਲਈ ਜਿਹੜੇ ਮੁੰਡੇ ਨੇ, ਤੇ ਤਾਂ ਕਰਕੇ ਇਹਨਾਂ ਦਾ ਨਾ ਪੁਰਾਣੀ ਹੈਗੀ ਰੰਜਤ ਸੀ ਉਹਦਾ ਕਰਕੇ। ਮੁੰਡੇ ਦੇ ਪਹਿਲਾਂ ਤਾਂ ਨਹੀਂ ਇਹਨਾਂ ਵੇਖੇ, ਤੇ ਜਦੋਂ ਇਹ ਕਿਤੇ ਗਏ ਪੋਸਟਮਾਰਟਮ ਹੋਣ ਲੱਗਾ ਉਦੋਂ ਉਹਦੀਆਂ ਲਾਸ਼ਾਂ ਲੂਛਾਂ ਦੇ ਦੱਸਦੇ ਆ। ਤੇ ਧੌਣ ਤੇ ਜਿਹੜਾ ਨਾ ਜਿਵੇਂ ਮਣਕਾ ਟੁੱਟ ਜਾਂਦਾ ਬੰਦੇ ਦਾ, ਉਹ ਵੀ ਜਾਣੀ ਕੰਟਰੋਲ ਨਹੀਂ ਕਰਦੀ ਧੌਣ ਬਿਲਕੁਲ ਹੀ। ਉਹ ਤਾਂ ਇੱਥੇ ਵੀ ਨਹੀਂ ਨਾ ਕਰਦੀ ਤੇ ਮੁੜ ਕੇ ਫਿਰ ਗੱਲ ਰਹਿ ਗਈ ਉਸ ਤਰ੍ਹਾਂ ਹੀ। ਹਾਂ,
ਪ੍ਰਸ਼ਾਸਨ ਨੇ ਕੋਈ ਕੀਤੀ ਕਾਰਵਾਈ ਕੀ ਨਹੀਂ? ਪ੍ਰਸ਼ਾਸਨ ਨੂੰ ਐਪਲੀਕੇਸ਼ਨ ਦਿੱਤੀ ਇਹਨਾਂ ਨੇ। ਅੱਛਾ ਜੀ। ਤੇ ਉਹ ਐਪਲੀਕੇਸ਼ਨ ਦੇ ਆਧਾਰ ਤੇ ਤੇ ਇੱਥੇ ਮੌਕਾ ਵੀ ਵੇਖ ਕੇ ਗਏ ਆ। ਅੱਛਾ ਜੀ। SHO ਆਇਆ ਸੀਗਾ। ਅੱਛਾ। ਤੇ ਬਾਕੀ ਹੁਣ ਆਂਦੇ ਸੀ ਵੀ ਜਦੋਂ ਰਿਪੋਰਟ ਆਊਗੀ, ਰਿਪੋਰਟ ਆਉਣ ਤੇ ਤੇ ਅਸੀਂ ਕਾਰਵਾਈ ਕਰਾਂਗੇ। ਦਾਦੀ ਫਿਰ ਜਿਹੜੇ ਦੋਸ਼ੀ ਹੈ ਘਰੇ ਹੀ ਨੇ ਜੇ ਜਾਂ ਫਿਰ ਕਿਤੇ ਆਸੇ ਪਾਸੇ ਹੋਏ ਨੇ? ਇਹ ਜਿਹੜੇ ਬੰਦਿਆਂ ਦੇ ਨਾਮਜ਼ਦ ਕੀਤੇ ਆ ਨਾ ਇਹਨਾਂ ਨੇ, ਹਾਂਜੀ, ਇਹ ਉਦਣ ਦੇ ਜਿੰਨੇ ਆ ਉਹਨਾਂ ਦੇ ਜਾਣੀ ਘਰੇ ਨਹੀਂ ਉਹ ਰਹਿੰਦੇ। ਤੇ ਜਿਹੜਾ ਏਕਾ ਮਲਕੀਤ ਸਿੰਘ ਵਗੈਰਾ ਉਹਦੇ ਮੁੰਡੇ ਮੁੰਡੇ ਉਹ ਸਾਰੇ ਜਾਣੀ ਉਦਣ ਦੇ ਲੋਕ ਕਰਕੇ ਤੇ ਇੱਥੋਂ ਘਰੋਂ ਗਏ ਆ। ਤੇ ਕੱਲ੍ਹ ਪਰਸੋਂ ਦੇ ਜਿਹੜਾ ਡੰਗਰ ਬੱਚਾ ਵੀ ਲੈ ਗਿਆ ਆਪਦਾ। ਹਾਂਜੀ। ਤੇ ਬਾਕੀ ਹੁਣ ਪਤਾ ਨਹੀਂ ਗਾ ਕਿੱਥੇ ਆ, ਇਹ ਪਿੰਡ ਚੋਂ ਚਲੇ ਗਏ ਆ। ਹਾਂਜੀ ਹਾਂਜੀ। ਤੇ ਜਿੰਨੇ ਵੀ ਆ, ਜੇ ਜਨਾਨੀ ਇੱਕ ਹੈਗੀ ਸੀ ਘਰ ਦੀ ਉਹਦੇ, ਤੇ ਉਹ ਵੀ ਕੱਲ੍ਹ ਕਿਤੇ ਆਈ ਆ, ਪਹਿਲਾਂ ਤਾਂ ਵਿੱਚ ਉਹ ਵੀ ਨਹੀਂ ਰਹੀ, ਹੁਣ ਉਹ ਵੀ ਦੱਸ ਪੈਂਦੀ ਵੀ ਉਹ ਵੀ ਚਲੇ ਗਿਆ। ਹਾਂਜੀ। ਪ੍ਰਸ਼ਾਸਨ ਹੁਣ ਇਸ ਕੇਸ ਨੂੰ ਕਿਸ ਤਰ੍ਹਾਂ ਸੁਲਝਾਉਂਦਾ ਹੈ, ਸਾਰਾ ਕੁਛ ਭਵਿੱਖ ਦੇ ਗਰਭ ਵਿੱਚ ਹੈ। ਵਿਧਾਨ ਸਭਾ ਹਲਕਾ ਜੀਰਾ ਦੀ ਹਰ ਇੱਕ ਗਤੀਵਿਧੀ ਜਾਣਨ ਲਈ ਜੁੜੇ ਰਹੋ ਤਪਦਾ ਸੱਚ ਨਿਊਜ਼ ਨਾਲ।